ਪਹਿਲਵਾਨ ਮਜੌਲੀ ਪਿੰਡ ਹੈ, ਬਾਬਾ ਪੂਰਨ ਦਾਸ ਰੈਸਲਿੰਗ ਸੈਂਟਰ ਹੈ। ਅਜਵਿੰਦਰ ਪਹਿਲਵਾਨ ਇਹ ਵਾਲੀ ਕਰੋ ਕੁਸ਼ਤੀ ਸਟਾਰਟ। ਪਹਿਲਵਾਨ ਜੀ ਬੜੀ ਸ਼ਾਨਦਾਰ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ। ਕਹਿੰਦਾ ਜਦ ਗੱਭਰੂ ਦੇ ਪੱਟ ਭਿੜਦੇ ਨੇ ਹਰ ਥਾਂ ਤੇ ਚਰਚੇ ਛਿੜਦੇ ਨੇ, ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੈਮੀ ਨੋਟਾਂ ਦੇ ਵਰਦੇ ਨੇ। ਬਾਈ ਪੰਜੇ ਦੇ ਵਿੱਚ 500 ਮਾਨੀ ਤੇਲੀ ਖੋਟੀ ਦਾ, ਔਰ ਸੰਧੂਆ ਬੱਜਣ ਤਾੜੀਆਂ ਜਦ ਮੱਲ ਕੋਈ ਘੁਲਦਾ ਚੋਟੀ ਦਾ। ਜਦ ਮੱਲ ਕੋਈ ਘੁਲਦਾ ਚੋਟੀ ਦਾ। ਲੈ ਵੀ ਹਰਸ਼ ਬਾਈ ਕਿੱਥੇ ਹੈ ਸਾਡਾ? ਹਰਸ਼ ਸਿਆੜ, ਸਿਆੜ ਕਲਾੜ ਬੜੇ ਪਿਆਰੇ ਜਿਹੇ ਪਿੰਡ ਹੈ, ਤੇ ਬਾਈ ਹਰਸ਼ ਖੜਾ ਖੜਾ ਪਾਤਸ਼ਾਹ ਦੇ ਵਿੱਚ ਆ ਜਾਓ। ਇਹਨਾਂ ਦੇ ਸੁੱਖ ਸੁੱਖੀ ਆ, ਕੋਈ ਕੰਮ ਜਿਹੜਾ ਹੈ ਇਹਨਾਂ ਦਾ ਨਿਕਲ ਦੇ, ਔਰ ਮਾਲਕ ਦੀ ਕਿਰਪਾ ਹੋ ਲੈ ਵੀ ਹਰਸ਼ ਕੰਮ ਨਿਕਲੂਗਾ। ਵੀ ਇਹ ਦੁਨੀਆ ਇਸ ਸੰਗਤ ਦੇ ਵਿੱਚ ਰੱਬ ਵੱਸਦਾ, ਔਰ ਚੀਮੇ ਵਾਲਾ ਗੱਲਾਂ ਸੱਚ ਦੱਸਦਾ। ਇਹ ਸੰਗਤ ਐਨ ਜੇ ਗੱਲ ਕਰੀਏ ਲੱਖਾਂ ਦੇ ਦਾਤੇ ਦੀ ਵੱਡੀ ਛਿੰਝ, ਇਹ ਐਲਾਨ ਕਰਾਉਂਦੇ ਆ ਕਿ ਅਗਰ ਸਾਡੀ ਸੁੱਖ ਭਰ ਆਉਂਦੀ ਹੈ ਅਗਲੇ ਸਾਲ ਝੰਡੀ ਦੇ ਉੱਤੇ ਮੋਟਰਸਾਈਕਲ ਹੋਏਗਾ। ਇੱਕ ਵਾਰੀ ਤਾੜੀ ਜ਼ਰੂਰ ਮਾਰ ਦਈਏ। ਓ ਬੱਲੇ ਬੱਲੇ, ਓ ਨਹੀਂ ਓ ਰਿਸਾ, ਵਾਹ ਵਾਹ ਓ ਜੋਤ, ਸੈਫ ਅਲੀ ਸੈਫ ਅਲੀ ਸੈਫ ਅਲੀ ਮਲੇਰਕੋਟਲੇ ਵਾਲਾ, ਕਿ ਕਰੇ ਮੌਲਾ ਕਰੇ ਮੌਲਾ ਕਰੇ ਮੌਲਾ ਭਲੀ। ਇੱਕ ਪਾਸੇ ਆ ਆਲਮਗੀਰੀਆ ਜੋ, ਦੂਸਰੇ ਪਾਸੇ ਸੈਫ ਅਲੀ। ਜੇ ਕੁਸ਼ਤੀ ਦਾ ਨਜ਼ਾਰਾ ਰਿਹਾ ਤਾੜੀ ਜ਼ਰੂਰ ਮਾਰ ਦਈਏ, ਬਹੁਤੀ ਸਿਰੇ ਦਾ ਮੁਕਾਬਲਾ ਹੈ ਔਰ ਸੈਫ ਅਲੀ ਤੇ ਜੋਤ ਆਲਮਗੀਰ ਦੇ ਵਿਚਕਾਰ। ਹਾਂਜੀ ਆਓ ਜੀ ਆਓ ਵਿੱਚ ਸੈਂਟਰ ਦੇ। ਲਓ ਉਧਰ ਮੈਦਾਨ ਦੇ ਵਿੱਚ ਬੜੀ ਸ਼ਾਨਦਾਰ ਕੁਸ਼ਤੀ ਚੱਲਦੀ ਹੋਈ, ਇੱਕ ਪਾਸੇ ਮਨਪ੍ਰੀਤ ਪਹਿਲਵਾਨ ਡੂਮਸੇੜੀ। ਇੱਕ ਮਿੰਟ ਚੱਲਦੀ ਕੁਸ਼ਤੀ ਦਾ ਬਾਕੀ ਹੈ, ਹੀਰਿਆਂ ਨੋਟ ਕਰ ਲਈ। ਬਹੁਤ ਹੀ ਫਸਵੀਂ ਕੁਸ਼ਤੀ ਚੱਲ ਰਹੀ ਹੈ, ਪਰ ਉਧਰ 2 ਨੰਬਰ ਦੀ ਝੰਡੀ ਵਾਲੀ ਕੁਸ਼ਤੀ ਵੀ ਜਿਹੜੀ ਰੈਡੀ ਹੋ ਚੁੱਕੀ ਹੈ, ਉਸ ਕੁਸ਼ਤੀ ਦਾ ਵੀ ਨਜ਼ਾਰਾ ਜਿਹੜਾ ਆਪਾਂ ਐਨ ਜੇ ਗੱਲ ਕਰੀਏ। ਇੱਕ ਪਾਸੇ ਮਨਪ੍ਰੀਤ ਯਾਲੀ ਦੇ ਗਰਾਈ ਗੱਭਰੂ ਹੈ, ਔਰ ਦੂਸਰੇ ਪਾਸੇ ਮਨ ਮਜੌਲੀ ਔਰ ਗੁਰਲਾਲ ਦੇ ਏਰੀਏ ਦਾ ਗੱਭਰੂ ਹੈ। ਬਾਕੀ ਚੋਟੀ ਦੇ ਨੰਬਰਾਂ ਦੇ ਵਿੱਚ, ਚੋਟੀ ਦੇ ਮੱਲਾਂ ਦੇ ਵਿੱਚ ਨਾਮ ਹੈ। ਬਾਕੀ ਚੜ੍ਹਦੇ ਹੋਏ ਦੇਖ ਲਓ ਮਿੱਤਰੋ ਜਾਮ ਹੈ, ਅੱਜ ਪਹਿਲਵਾਨੀ ਦੀ ਦੇਖ ਲਓ ਮਹਿਰ ਨੇ ਪਿੰਡ ਦੀ ਸ਼ਾਮ ਹੈ। ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ, ਦੂਜਾ ਮਹਾਨ ਕੁਸ਼ਤੀ ਦੰਗਲ ਖੇਡਿਆ ਜਾ ਰਿਹਾ ਹੈ। 15 ਜੂਨ ਦੀ ਤਵਾਰੀਖ ਗਵਾਹੀ ਭਰਦੀ ਹੈ, ਦਿਨ ਸ਼ਨੀਵਾਰ 24 ਬੰਬ ਟੀਵੀ ਦੇ ਉੱਤੇ ਵੱਡਾ ਲਾਈਵ ਜਿਹੜਾ ਚੱਲਿਆ ਜਾ ਰਿਹਾ ਹੈ। ਪ੍ਰਸਿੱਧ ਸਾਈਟ ਹੈ ਕੁਸ਼ਤੀਆਂ ਦੇ, ਐਨ ਜੇ ਗੱਲ ਕਰੀਏ ਰੈਸਲਿੰਗਾਂ ਦੇ, ਇਹਨਾਂ ਵੱਡੇ ਕੁਸ਼ਤੀ ਦੰਗਲਾਂ ਦੀ ਅੱਜ ਦੇ ਕੁਸ਼ਤੀ ਦੰਗਲ ਨੂੰ ਕਵਰੇਜ ਕਰ ਰਹੀ ਹੈ ਮਨਜੋਤ, ਤੇ ਸਾਡਾ ਹਰਮਨ ਵੀਰ ਪੁੱਜਿਆ ਹੋਇਆ। ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ, ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ। ਲੱਗਦਾ ਹੋਇਆ ਵੱਡਾ ਜ਼ੋਰ ਹੈ ਕਿ ਜ਼ੋਰ ਲੱਗ ਗਏ ਨੇ ਮੱਲਾਂ ਦੇ, ਕਰ ਦਿਓ ਰੱਜ ਕੇ ਦਾਨ, ਮਾਲਕ ਮਿਹਰ ਕਰੂਗਾ ਚੀਮਿਆਂ, ਭਰ ਜਾਣੀ ਤੁਹਾਡੀ ਪੈਸੇ ਵਾਲੀ ਖਾਨ, ਕਿ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਤੋਂ ਵਾਰ ਦਿਓ, ਕਿ ਜਿਹਨੂੰ ਹੱਥ ਬਖਸ਼ੇ ਪਰਮਾਤਮਾ ਨੇ ਪਹਿਲਵਾਨਾਂ ਦੇ ਨਾਂ ਤੇ ਤਾੜੀ ਮਾਰ ਦਿਓ, ਔਰ ਜਿਹਨੂੰ ਹੱਥ ਦਿੱਤੇ ਹੈ ਪਰਮਾਤਮਾ ਨੇ ਮੱਲਾਂ ਦੇ ਨਾਂ ਤੇ ਤਾੜੀ ਮਾਰ ਦਿਓ। ਕੁਸ਼ਤੀ ਪੁਆਇੰਟ ਤੇ ਜਿਹੜਾ ਸ਼ੁਰੂ ਹੋਣ ਜਾ ਰਹੀ ਹੈ, 2 ਮਿੰਟ ਜਿਹੜੇ ਪੁਆਇੰਟ ਦੇ ਉੱਤੇ ਖੁੱਲ੍ਹੇ ਦਿੱਤੇ ਜਾਣੇ ਹੈ। ਜੋਤ ਤੇ ਸੈਫ ਅਲੀ ਵਾਲੀ ਓਲੰਪਿਕ ਸਟਾਈਲ ਪੁਆਇੰਟ ਤੇ ਕੁਸ਼ਤੀ ਕਰਵਾਈ ਜਾਣੀ ਆ, ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ। ਕਿ ਰਸ ਅੰਮੀ ਦੀ ਚੂਰੀ ਦਾ, ਉਹ ਬਾਪੂ ਕੁੱਟ ਬਦਾਮ ਖਵਾਉਂਦਾ, ਭੈਣ ਦੁੱਧ ਪਿਆਉਂਦੀ ਏ, ਮਾਲਸ ਸੋਢੇ ਤੋਂ ਕਰਵਾਉਂਦਾ, ਉਹ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜ਼ੋਰ ਦਿਖਾਉਂਦਾ, ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜ਼ੋਰ ਦਿਖਾਉਂਦਾ। ਲਓ ਇੱਧਰ ਪੁਆਇੰਟ ਤੇ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ, ਇੱਕ ਪਾਸੇ ਜੋਤ ਪਹਿਲਵਾਨ ਆਲਮਗੀਰ, ਦੂਜੇ ਪਾਸੇ ਸੈਫ ਅਲੀ ਪਹਿਲਵਾਨ ਮਲੇਰਕੋਟਲਾ, ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ। ਬਾਈ ਪਹਿਲਵਾਨਾਂ ਨੂੰ ਬੇਨਤੀ ਹੈ ਲੰਗੋਟੇ ਵਿੱਚ ਹੱਥ ਨਹੀਂ ਪਾਉਣਾ ਤੇ ਵਾਰ ਨਹੀਂ ਜਾਣਾ ਕਿਸੇ ਪਹਿਲਵਾਨ ਨੇ, ਇਹ ਨੋਟ ਕਰਿਓ ਪਹਿਲਵਾਨ।
ਹਾਂਜੀ ਵਾਹ ਜੀ ਵਾਹ, ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਔਰ ਲੱਗਦਾ ਹੋਇਆ ਵੱਡਾ ਜ਼ੋਰ ਕਿ ਅੜੇ ਹੋਏ ਗੱਡੇ ਜਿਹੜੇ ਮਿੱਤਰਾਂ ਦੇ ਅੱਗੇ ਆਪਾਂ ਇੱਕ ਇੱਕ ਕਰਕੇ ਫੈਂਟਦੇ ਕਿ ਪਹਿਲਾਂ ਚੱਲਦੀ ਸੀ ਕੁਸ਼ਤੀ ਖੁੱਲੀ ਆ ਅਲੀ ਆ ਹੁਣ ਕੁਸ਼ਤੀ ਪੁਆਇੰਟ ਤੇ ਛੇੜ ਫਿਰ ਕਹਾਣੀ ਹੁਣ ਕੁਸ਼ਤੀ ਪੁਆਇੰਟ ਤੇ ਮੇਰੇ ਮਿੱਤਰੋ ਬਹੁਤ ਸੋਹਣਾ ਦੰਗਲ ਤੇ ਚੋਟੀ ਦੇ ਮਾਲਾ 'ਚ ਪੁੱਜੇ ਹੋਏ ਹੈ ਆਹ ਮੱਲਾਂ ਨੂੰ ਵੇਖਣ ਨੂੰ ਦੁਨੀਆ ਤਰਸਦੀ ਆ ਮੇਰੇ ਮਿੱਤਰੋ ਜਿਹੜੇ ਆਲਮਗੀਰ ਭਲਵਾਨ ਵਾਲਿਆਂ ਨੇ ਅੱਜ ਮਹੇਰਿਆਂ ਵਿੱਚ ਸੱਦੇ ਹੋਇਆ ਹੈ ਭਲਵਾਨ ਆਏ ਵੀ ਹੋਇਆ ਤੇ ਛਾਏ ਵੀ ਹੋਇਆ ਆਓ ਚੋਟੀ ਦੀਆਂ ਕੁਸ਼ਤੀਆਂ ਚੱਲਦੀਆਂ ਮੇਰੇ ਮਿੱਤਰੋ ਵੀ ਮਾੜੇ ਕੰਮਾਂ ਤੋਂ ਬਚਾ ਕੇ ਜੋ ਸਰੀਰ ਰੱਖਦੇ ਉਹੀ ਮਾਰਦੇ ਨੇ ਜ਼ਿੰਦਗੀ 'ਚ ਮੱਲਾਂ ਵੱਡੀਆਂ ਸ਼ੀਸ਼ੇ ਵਾਂਗ ਦੂਰੋਂ ਚਮਕਦਾ ਸਰੀਰ ਦੱਸਦਾ ਜਿਹਦੀਆਂ ਹੁੰਦੀਆਂ ਨੇ ਡੰਡ ਬੈਠਕਾਂ ਕੱਢੀਆਂ ਸਵੇਰੇ ਸ਼ਾਮ ਜਿਹੜੇ ਦੇਣ ਕਸ਼ਟ ਸਰੀਰ ਨੂੰ ਆਓ ਸੱਜਰਿਆ ਤੂਫਾਨਾਂ ਨੂੰ ਲਾ ਲੈਂਦੇ ਮੂਹਰੇ ਵੀ ਲਾਉਣ ਬੁੱਲਾਂ ਨੂੰ ਸਰਾਣਾ ਜੋ ਕੂਲ ਲਿਪਾਂ ਦਾ ਫਿਰ ਉਹਨਾਂ ਕੋਲੋਂ ਕਿਤੇ ਹੁੰਦੇ ਆ ਬਰੇਟੇ ਵਾਲਿਆ ਬਗਾਨੇ ਪੁੱਤ ਦੂਰੇ ਵੀ ਲਾਉਣ ਬੁੱਲਾਂ ਨੂੰ ਸਰਾਣਾ ਜੋ ਕੂਲ ਲਿਪਾਂ ਦਾ ਫਿਰ ਉਹਨਾਂ ਕੋਲੋਂ ਕਿਤੇ ਹੁੰਦੇ ਆ ਚੀਮੇ ਵਾਈ ਬਗਾਨੇ ਪੁੱਤ ਦੂਰੇ ਵਾਹ ਬਗਾਨੇ ਪੁੱਤ ਦੂਰੇ ਵਾਕਈ ਅਲੀ ਦੀਆਂ ਬਾਤਾਂ ਪੈਂਦੀਆਂ ਸਾਡਾ ਵੀਰ ਹੈ ਪਹਿਲੀ ਵਾਰੀ ਦਰਸ਼ਨ ਹੋਇਆ ਬੜੇ ਪਿਆਰੇ ਬੋਲ ਬੋਲਦਾ ਸਿਰੇ ਦੇ ਮੁਕਾਬਲੇ ਚੱਲ ਰਿਹਾ ਪੁਆਇੰਟ ਦੇ ਉੱਤੇ ਟੱਕਰ ਆ ਕਿ ਮਲ ਘੁੜਦੇ ਵਿੱਚ ਅਖਾੜੇ ਜਿਵੇਂ ਹੁੰਦੇ ਫਕਰ ਆ ਮਹਿਰ ਨਾ ਖੁਰਦ ਪਿੰਡ ਆ ਔਰ ਪੁਆਇੰਟ ਦੇ ਉੱਤੇ ਟੱਕਰ ਆ ਵਾਕਈ ਸਿਰੇ ਦਾ ਮੁਕਾਬਲਾ ਚੱਲ ਰਿਹਾ ਸਾਡੇ ਵੱਡੇ ਵੀਰ ਪੁੱਜਿਆ ਵੱਡੇ ਵੈਲਕਮ ਆਖਦੇ ਆ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਸਿਰੇ ਦੀਆਂ ਬਾਤਾਂ ਪੈ ਰਹੀਆਂ ਲੱਗਦੇ ਹੋਏ ਵੱਡੇ ਜ਼ੋਰ ਆ ਕਿ ਕੱਲਾ ਜੰਗ ਕੁੰਡਾ ਜਾਂ ਧੋਬੀ ਮਾਰੋ ਬਦਲੇ ਦੀ ਭਾਵਨਾ ਨਾਲ ਵਿੱਚ ਖਾੜੇ ਤਾਰੋ ਕਿ ਚੀਮਿਆਲਾ ਕਰਦਾ ਕਮੈਂਟਰੀ ਤੇ ਚੜਾਉਂਦਾ ਲੋਰ ਆ ਕਿ ਦਾਹ ਪੇਚ ਵਾਲੀ ਕੁਸ਼ਤੀ ਦਾ ਅਲੀ ਸਿਆਹ ਨਜ਼ਾਰਾ ਹੋ ਰਿਹਾ ਨਜ਼ਾਰਾ ਹੋ ਰਿਹਾ ਨਜ਼ਾਰਾ ਹੋ ਰਿਹਾ ਚੀਮਾ ਬਾਈ ਕਹਿੰਦਾ ਨਜ਼ਾਰਾ ਹੋ ਰਿਹਾ ਬਹੁਤ ਚੋਟੀ ਦਾ ਦੰਗਲ ਮੇਰੇ ਮਿੱਤਰੋ ਅੱਜ ਮਹਿਰ ਨੇ ਖੁਰਦ ਦੀ ਧਰਤੀ ਹੈ ਵੀ 4 ਵਜੇ ਉੱਠ ਯਾਰ ਉਹ ਪੈਂਦਾ ਭੱਜਣਾ ਦੁੱਧ ਮੱਖਣਾ ਦੇ ਨਾਲ ਫਿਰ ਪੈਂਦਾ ਰੱਜਣਾ ਹਰ ਵਾਰ ਬਾਜੀ ਜਿੱਤ ਜਿੱਤ ਕੇ ਹਾਰਦਾ ਵੀ ਸੁਣ ਟਿੰਬਰਵਾਲ ਦੇ ਸ਼ੀਰੇ ਸੌਖਾ ਨਹੀਂ ਮਿਲਦਾ ਰੁਤਬਾ ਸਟਾਰ ਦਾ ਅੱਜ ਸਟਾਰਾਂ ਦੇ ਸਟਾਰ ਪੁੱਜੇ ਹੋਇਆ ਆਹ ਕੁਸ਼ਤੀ ਬਰਾਬਰ ਹੈ ਜੀ ਸੈਫ ਅਲੀ ਮਲੇਰਕੋਟਲਾ ਦੇ ਜੋਤ ਆਲਮਗੀਰ ਇਹ ਕੁਸ਼ਤੀ ਬਰਾਬਰ ਹੈ ਦੋਨੋਂ ਚੋਟੀ ਦੇ ਮਾਲਾ ਮੇਰੇ ਮਿੱਤਰੋ ਇੱਕ ਤਾੜੀ ਮਾਰ ਦਈਏ ਜ਼ੋਰ ਦਾ ਆਪਾਂ ਦੋਨਾਂ ਪਹਿਲਵਾਨਾਂ ਦੇ ਲਈ ਵਾਹ ਵਾਕਈ ਬਹੁਤ ਹੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ ਔਰ ਸਿਰੇ ਦੀਆਂ ਬਾਤਾਂ ਪੈ ਰਹੀਆਂ ਪਰ ਇੱਧਰ ਇਆਲੀ ਵਾਲਾ ਔਰ ਦੂਸਰੇ ਪਾਸੇ ਮਾਨਾ ਮਜੌਲੀ ਵਾਲਾ ਦੋਨੇ ਚਾਰ ਦੇ ਚਾਰੋਂ ਵੱਡੇ ਮੱਲ ਸ਼ਿੰਦਾ ਨਾਰਗਲ ਕਰਮਜੀਤ ਡੂਮਛੜੀ ਕਮਲਜੀਤ ਪਹਿਲਵਾਨ ਡੂਮਛੜੀ ਇਹ ਸਾਰੇ ਪਹਿਲਵਾਨ ਰੈਡੀ ਹੋ ਜਾਇਓ ਕਿਉਂਕਿ ਹੁਣ ਕੁਸ਼ਤੀਆਂ ਸੀਮਤ ਹੈ ਔਰ ਸੀਮਤ ਕੁਸ਼ਤੀਆਂ ਦੇ ਕੁਝ ਹੀ ਪਲ ਔਰ ਕੁਝ ਹੀ ਪਲਾਂ ਦੇ ਵਿੱਚ ਰਿਜ਼ਲਟ ਔਰ ਇੰਟਰਨੈਟ ਦੇ ਉੱਤੇ ਲਾਈਵ 24 ਬੰਬ ਟੀਵੀ ਦੀ ਪ੍ਰਸਿੱਧ ਸਾਈਟ ਅੱਜ ਫੈਸਲੇ ਜਿਹੜੇ ਕਰੇਗੀ ਤਨ ਤਨ ਜੇ ਗੱਲ ਕਰੀਏ ਸ਼੍ਰੀਮਾਨ ਬਾਬਾ ਅਤਰ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵੱਡਾ ਕੁਸ਼ਤੀ ਦੰਗਲ ਦੂਸਰੇ ਦੌਰ ਦੇ ਵਿੱਚ ਖੇਡਿਆ ਜਾ ਰਿਹਾ ਹੈ ਸਮੇਂ ਦੀਆਂ ਬਾਤਾਂ ਚੀਮੇ ਵਾਲਾ ਮੌਕੇ ਤੇ ਸ਼ੇਰ ਸੁਣਾ ਰਿਹਾ ਹੈ ਔਰ ਦੁਨੀਆ ਨੂੰ ਤੱਕ ਅਲੀਸ਼ਾ ਨਜ਼ਾਰਾ ਪੂਰਾ ਆ ਰਿਹਾ ਔਰ ਦੁਨੀਆ ਨੂੰ ਪੂਰਾ ਨਜ਼ਾਰਾ ਬੜਾ ਰਿਹਾ ਲਾਈਵ ਤੱਕ ਰਿਹਾ ਸਾਡੇ ਵੀਰ ਕੈਨੇਡਾ ਦੇ ਵਿੱਚ ਬੈਠੇ ਮੇਰੇ ਮਿੱਤਰੋ ਸਰਦਾਰ ਕਲੱਟਰ ਸਿੰਘ ਜੀ ਦਾ ਸਪੁੱਤਰ ਕੈਨੇਡਾ ਤੋਂ ਅੱਜ ਲਾਈਵ ਜੁੜਿਆ ਹੋਇਆ ਮੇਰੇ ਮਿੱਤਰੋ ਨਾਲ 5-7 ਗੋਰੇ ਵੀ ਲਈ ਬੈਠਾ ਕਲੱਟਰ ਸਿੰਘ ਜੀ ਵੀ ਆਹ ਵੇਖੋ ਕੀ ਹੋ ਰਿਹਾ ਹੈ ਇੱਕ ਗੋਰਾ ਕਹਿੰਦਾ ਵਾਟ ਇਜ਼ ਡੂ ਉਹ ਕਹਿੰਦਾ ਇਹ ਭਲਵਾਨਾਂ ਦੇ ਵਿੱਚ ਹੱਲਾ ਗੁੱਲਾ ਹੋ ਰਿਹਾ ਹੈ ਬਹੁਤ ਚੋਟੀ ਦੇ ਮੱਲ ਪੁੱਜੇ ਹੋਇਆ ਮੇਰੇ ਮਿੱਤਰੋ ਆਹ ਵੇਖੋ ਮੁੰਡਿਆਂ ਦੇ ਗੋਰੇ ਨਿਸ਼ੋਰ ਰੰਗ ਹੈ ਗੱਲਾਂ ਐਂ ਟਿਕਾਣੇ ਲੱਗੀਆਂ ਹੋਈਆਂ ਨੇ ਬਹੁਤ ਚੋਟੀ ਦੇ ਮੱਲ ਜਿਹੜੇ ਅੱਜ ਮਹਿਰ ਨੇ ਖੁਰਦ ਦੀ ਧਰਤੀ ਤੇ ਆਏ ਹੋਏ ਹੈ ਪੂਰੇ ਪੂਰੇ ਛਾਏ ਹੋਏ ਹੈ ਵੀ ਕਦੇ ਦਬਿਆ ਨਹੀਂ ਸੀ ਜਾਲਮਾ ਬਹੁਤ ਦਬਾਇਆ ਸੀ ਤੂੰ ਸਿੱਧੂਆ ਸੱਚ ਲਿਖਿਆ ਤੇ ਸੱਚ ਬੋਲਿਆ ਗਾਇਆ ਸੀ ਸਾਰੀ ਜ਼ਿੰਦਗੀ ਘਾਟ ਰੜਕਣੀ ਤੇਰੀ ਹੋਏ ਵੀ ਸੂਰਮਿਆਂ ਦੀ ਨਹੀਂ ਹੁੰਦੀ ਬਹੁਤੀ ਉਮਰ ਲਮੇਰੀ ਹੋਏ ਮੂਸੇ ਵਾਲੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਵਾਹ ਦੁਨੀਆ ਦੀ ਬੁਲੰਦ ਆਵਾਜ਼ ਦੀਆਂ ਬਾਤਾਂ ਪਈਆਂ ਪਰ ਪਹਿਲਵਾਨੀ ਦੇ ਸ਼ਿੰਦਾ ਲੀਲਾ ਤੇ ਮਨੀ ਪਹਿਲਵਾਨ ਕਿਲਾ ਰੈਫਰ ਸ਼ਿੰਦਾ ਲੀਲਾ ਤੇ ਮਨੀ ਪਹਿਲਵਾਨ ਕਿਲਾ ਰੈਫਰ ਇਹ ਦੋਨੋਂ ਪਹਿਲਵਾਨ ਆ ਜਾਓ ਕਿਹੜਾ ਫੋਟੋ ਕਰਵਾ ਲਈ
ਕਿ ਮਾਨਾ ਮਰ ਜਾਣਾ ਪਿੱਛੋਂ ਯਾਦਾਂ ਰਹਿ ਜਾਣੀਆਂ ਪਿੱਛੋਂ ਦੁਨੀਆਂ ਦੇ ਉੱਤੇ ਫੋਟੋਆਂ ਰਹਿ ਜਾਂਦੀਆਂ ਕਿਹੜੇ ਕਿਹੜੇ ਸੱਜਣ ਜਿਹੜੇ ਐਂ ਜੇ ਗੱਲ ਕਰੀਏ ਸਾਡੇ ਅਖਾੜਾ ਪਾਤਸ਼ਾਹ ਦੇ ਵਿੱਚ ਆਏ ਸੀ ਕਿਹਨਾਂ ਨੇ ਮੂਹਰੇ ਹੋ ਕੇ ਆਹ ਜੇ ਗੱਲ ਕਰੀ ਫੋਟੋ ਕਰਵਾਈ ਸੀ ਆਹ ਸਮੇਂ ਦੀਆਂ ਬਾਤਾਂ ਮਨੀ ਪਹਿਲਵਾਨ ਔਰ ਕਿਲ੍ਹਾ ਰਾਏਪੁਰ ਦੇ ਨਾਲ ਸ਼ਿੰਦਾ ਪਹਿਲਵਾਨ ਨਾਰੰਗ ਵਾਲੀ ਹੈ ਕਿਸੇ ਕਈ ਜਾਣ ਪਛਾਣ ਦੇ ਮਹਿਤਾਜ ਨੇ ਇਸ ਏਰੀਏ ਦੇ ਵਿੱਚ ਧਾਕੜ ਮੱਲਾਂ ਦੇ ਵਿੱਚ ਨਾਮ ਹੈ ਸ਼ਿੰਦਾ ਨਾਰੰਗ ਵਾਲ ਵੀ ਸਾਡੇ ਦਰਮਿਆਨ ਅਗਲੀ ਕੁਸ਼ਤੀ ਜਿਹੜੀ ਹੋਏਗੀ ਸਮੇਂ ਦੀਆਂ ਬਾਤਾਂ ਹੋਣੀਆਂ ਔਰ ਪਹਿਲਵਾਨ ਨੋਟ ਕਰਨਗੇ ਆਓ ਕਿਹੜਾ ਫੋਟੋ ਕਰਵਾ ਲਈ ਆਓ ਜੀ ਦੋਨੋਂ ਪਹਿਲਵਾਨ ਜਲਦੀ ਨਾਲ ਜਿਨ੍ਹਾਂ ਦੇ ਨਾਂ ਅਨਾਊਂਸ ਕੀਤੇ ਗਏ ਆ ਦੋਨੋਂ ਬਹਿਣ ਪਹਿਲਵਾਨ ਜਿਹੜੇ ਜਲਦੀ ਨਾਲ ਹੀ ਫੋਟੋ ਕਰਵਾਉਣਗੇ ਬਹੁਤ ਸੋਹਣਾ ਦੰਗਲ ਅੱਜ ਸਾਡੇ ਭਰਾਵਾਂ ਨੇ ਕਰਾਇਆ ਮੇਰੇ ਮਿੱਤਰੋ ਹੈਪੀ ਪੱਖੋਵਾਲ ਸਾਡਾ ਭਰਾ ਦੀਪਾ ਪੱਖੋਵਾਲ ਹਰਸ਼ ਸਿਆੜ ਇਹ ਲਾਈਵ ਜਿਹੜੀ ਫੋਟੋ ਕਰਾਉਣ ਸਾਡੇ ਭਰਾ ਆਉਣਗੇ ਵੀਰ ਸਾਡੇ ਦੋਨੋਂ ਪਹਿਲਵਾਨਾਂ ਦੇ ਨਾਲ ਨਾਲ ਗੁਰਮੁਖ ਸਿੰਘ ਜੀ ਸਾਡੇ ਇਹ ਸਾਰੇ ਭਰਾ ਜਿਹੜੇ ਇੱਕ ਫੋਟੋ ਕਰਾਉਣਗੇ ਆਓ ਜੀ ਦੋਨੋਂ ਪਹਿਲਵਾਨ ਸ਼ਿੰਦਾ ਲੀਲਾ ਮਣੀ ਕਿਲ੍ਹਾ ਰਾਏਪੁਰ ਤੇ ਸ਼ਿੰਦਾ ਲੀਲਾ ਆਓ ਜੀ ਦੋਨੋਂ ਪਹਿਲਵਾਨ ਆਹ ਕੁਸ਼ਤੀ ਵੀ ਚੋਟੀ ਦੀ ਮੇਰੇ ਮਿੱਤਰੋ ਬਹੁਤ ਚੋਟੀ ਦੀ ਕੁਸ਼ਤੀ ਵੀ ਮੇਲਿਆਂ ਵਿੱਚ ਘੁਲਦੀ ਫਿਰੇ ਜਵਾਨੀ ਪੰਜਾਬੀ ਗੱਭਰੂ ਕਰਦੇ ਨੇ ਭਲਵਾਨੀ ਭਾਵੇਂ ਸਾਰਾ ਪੰਜਾਬ ਨਸ਼ਿਆਂ ਦੇ ਥੱਲੇ ਹੈ ਸੰਘੈਣ ਵਾਲਾ ਆਪਣਾ ਕਹਿੰਦਾ ਵੀ ਜਿਹੜਾ ਕੁਸ਼ਤੀ ਘੁਲੇ ਉਹਦੀ ਬੱਲੇ ਬੱਲੇ ਹੈ ਜਿਹੜਾ ਦੰਗਲਾਂ ਦੇ ਵਿੱਚ ਘੁਲੇ ਉਹਦੀ ਬੱਲੇ ਬੱਲੇ ਹੈ ਚੀਮੇ ਬਾਈ ਵਾਹ ਵਾਕਈ ਬੱਲੇ ਬੱਲੇ ਹੈ ਦੋ ਨੰਬਰ ਦੀ ਮਾਲੀ ਜਿਹੜੀ ਦੋ ਨੰਬਰ ਦੀ ਝੰਡੀ ਹਿਮਾਚਲ ਚ ਲੋਕ ਮਾਲੀ ਆਖਦੇ ਆ ਵਾਕਈ ਜੇ ਗੱਲ ਕਰੀਏ ਅੱਜ ਸੁਮੇਲ ਹੈ ਦੁਨੀਆਂ ਦੀ ਬਿਹਤਰੀਨ ਖੇਡ ਆਹ ਮਾਂ ਖੇਡ ਕੁਸ਼ਤੀ ਦੀਆਂ ਬਾਤਾਂ ਪੈਂਦੀਆਂ ਨਜ਼ਾਰੇ ਜਿਹੜੇ ਦੁਨੀਆਂ ਦੇ ਐਨ ਉਸਤਾਦ ਚੱਕ ਰਹੇ ਆ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਮਿਹਨਤ ਕਰਨੀ ਪੈਂਦੀ ਆ ਉਸਤਾਦ ਦੀ ਆਪਣੇ ਤੇ ਹਿੱਕ ਤੇ ਡੰਗ ਜਰਨੀ ਪੈਂਦੀ ਆ ਹਰ ਜੋੜ ਚ ਚੀਮਿਆਂ ਮੱਲ ਮਾਰਨੀ ਪੈਂਦੀ ਆ ਕਿ ਸੌਖੇ ਨਿਯਮ ਮਿਲਦੇ ਪਹਿਲਵਾਨੀ ਚ ਕਿਤਾਬ ਅਲੀਆ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਮੇਰੇ ਮਿੱਤਰੋ ਆਹ ਵੇਖੋ ਚੋਟੀ ਦੇ ਮੱਲ ਆਓ ਜੀ ਬਣੀ ਕਿਲ੍ਹਾ ਰਾਏਪੁਰ ਤੇ ਨਾਲ ਲੀਲਾ ਵਾਲਾ ਸਾਡਾ ਸ਼ਿੰਦਾ ਲੀਲਾ ਮੇਰੇ ਮਿੱਤਰੋ ਆਓ ਜੀ ਦੋਨੋਂ ਪਹਿਲਵਾਨ ਜਲਦੀ ਨਾਲ ਹੀ ਸਾਡੇ ਭਰਾ ਜਿਹੜੇ ਪੁੱਜੇ ਹੋਏ ਹੈ ਜਿਹੜੇ ਫੋਟੋ ਕਰਾਉਣਗੇ ਲਾਈਵ ਬਹੁਤ ਹੀ ਸਤਿਕਾਰਯੋਗ ਵੀਰ ਸਾਡੇ ਪੱਖ ਵਾਲੀਏ ਭਰਾ ਸਾਡੇ ਮੇਰੇ ਮਿੱਤਰੋ ਆਓ ਜੀ ਸ਼ਿੰਦਾ ਲੀਲਾ ਤੇ ਨਾਲ ਸਾਡਾ ਬਹੁਤ ਹੀ ਸਤਿਕਾਰਯੋਗ ਪਹਿਲਵਾਨ ਮੇਰੇ ਮਿੱਤਰੋ ਵੱਡਾ ਧੰਨਵਾਦ ਹੈ ਬਾਈ ਗੁਰਮੁਖ ਉਹਨਾਂ ਵੱਲੋਂ ਇਹਨਾਂ ਪੰਜਾਬੀ ਬੋਲਾਂ ਦੇ ਵੱਡੇ ਮਾਣ ਪੁੱਜੇ ਆ ਬਹੁਤ ਬਹੁਤ ਰਿਣੀ ਹੈ ਬਾਈ ਗੁਰਮੁਖ ਉਹਨਾਂ ਦਾ ਇਹਨਾਂ ਪੰਜਾਬੀ ਬੋਲਾਂ ਤੋਂ ਵੱਡੇ ਮਾਣ ਜਿਹੜੇ ਪੁੱਜੇ ਹੈ ਸਾਊਂਡ ਵਾਲੇ ਭਰਾ ਦੀ ਵੀ ਸਿਫਤ ਜਿਹੜੀ ਬਹੁਤ ਹੀ ਸੋਹਣੀ ਹੈ ਬਹੁਤ ਹੀ ਸੋਹਣੀ ਜਿਹੜੀ ਸਾਊਂਡ ਫਿੱਟ ਕੀਤੀ ਹੈ ਕਿ ਸੁਰ ਨਾਲ ਸੁਰ ਮਿਲਾਉਂਦੀ ਤੇ ਮਿਲਾਉਂਦੀ ਤਾਲ ਦੇ ਨਾਲ ਤਾਲ ਹੈ ਇਹਨਾਂ ਮੇਲਿਆਂ ਦਾ ਸ਼ਿੰਗਾਰ ਬਣਦੀ ਜੋ ਚੜ੍ਹਦੇ ਸਿਆਲ ਹੈ ਕਈ ਕਮੈਂਟ ਰਹੇ ਨੇ ਚੀਮਿਆਂ ਇਹਨਾਂ ਦੇ ਸਿਰ ਤੇ ਢਿੱਡ ਪਾਲ ਹੈ ਬਾਕੀ ਸਾਊਂਡ ਵਾਲੇ ਭਰਾ ਤੇਰੀ ਸਾਊਂਡ ਬਾ ਕਮਾਲ ਹੈ ਬਹੁਤ ਹੀ ਸਿਰੇ ਦੀ ਸਾਊਂਡ ਜਿਹੜੀ ਫਿੱਟ ਕੀਤੀ ਹੈ ਔਰ ਦੁਨੀਆਂ ਦੀ ਗੂੰਜ ਦੇ ਵਿੱਚ ਗੂੰਜ ਵੱਜ ਰਹੀ ਹੈ ਸਮੇਂ ਦੀਆਂ ਬਾਤਾਂ ਪੈ ਰਹੀਆਂ ਮਾਨੇ ਮਜੌਲੀ ਵਾਲਿਆ ਜ਼ੋਰ ਲਾਉਣਾ ਪੈਣਾ ਹੈ ਔਰ ਸਿਰੇ ਦੀਆਂ ਬਾਤਾਂ ਪਾਉਣੀਆਂ ਪੈਣੀਆਂ ਔਰ ਵੱਡੇ ਤਖਤ ਹਿਲਾਉਣੇ ਪੈਣੇ ਆ ਗੱਲ ਬਣਾਉਣੀ ਪੈਣੀ ਹੈ ਗੱਲ ਬਣਦੀ ਨਹੀਂ ਗੱਲ ਬਣਾਉਣੀ ਪੈਣੀ ਹੈ ਮਾਰ ਕੇ ਟੌਪ ਦਾ ਅੱਤ ਕਰਾਉਣੀ ਪੈਣੀ ਹੈ ਜਮਹਿਰ ਦੇ ਵਿੱਚ ਬੱਲੇ ਬੱਲੇ ਕਰਾਉਣੀ ਪੈਣੀ ਹੈ ਮਨੀ ਆ ਕਿਰਾ ਮਨੀ ਕਿਲ੍ਹਾ ਰਾਏਪੁਰ ਸ਼ਿੰਦਾ ਨਾਰੰਗ ਵਾਲੀਆ ਪੁੱਜ ਗਿਆ ਮਨੀ ਕਿਲ੍ਹਾ ਰਾਏਪੁਰ ਆਓ ਭਲਵਾਨ ਜੀ ਅਖਾੜਾ ਪਾਤਸ਼ਾਹ ਦੇ ਵਿੱਚ ਜਲਦੀ ਦੇ ਨਾਲ ਮਨੀ ਪਹਿਲਵਾਨ ਕਿਲ੍ਹਾ ਰਾਏਪੁਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਮਸ਼ਹੂਰ ਹੈ ਅਲੀ ਵਾਕਈ ਮੁੰਡਿਆਂ ਨੇ ਬੱਲੇ ਬੱਲੇ ਕਰਾਤੀ ਹੈ ਉਸੇ ਪਿੰਡ ਦਾ ਮੁੰਡਾ ਇਹ